भाई आप ये देख रहे हैं नुकरा कैटेगरी में सेकंड राउंड का मुकाबला। इस कैटेगरी में भाई 8 घोड़े सेलेक्ट हुए हैं और देखते हैं कौन सा घोड़ा विनर बनेगा। आज दे इस रिंग का जो लाइव तुसी अनस्टॉपरी में भी टू प्रदीप सिंह राजपूत मान हाउस फोटोग्राफी जयपुर। सो जेरे वीर इस शो ते नहीं पहुंच सके तो ओ लाइव आनंद माण रहे ने इस शो दा देशा विदेशा जिन्ने भी घोड़ा प्रेमी बैठे ने तो उन्हां तक एक एक मूवमेंट इस शो दी इन्हां सोशल मीडिया दे चैनलों वालों दिखाई जा रही है जी। बहुत धन्यवादी हाँ इस सोशल मीडिया चैनलों के असी जिन्हां करके आप अक्सर ही सुनते होंगे कि सानू वीडियो देख के बहुत शौक पै गया तो बहुत वड्डा रोल आ। ਆ ਦੂਰੀ ਬਣਾ ਕੇ ਰੱਖੋ ਜੀ ਇੰਨੀ ਕਿਉਂਕਿ ਨਰ ਘੋੜੇ ਨੇ ਅਗਰੈਸਿਵ ਹੋ ਜਾਂਦੇ ਆ। ਬਈ ਇਹ ਸੈਕਿੰਡ ਰਾਊਂਡ ਦਾ ਮੁਕਾਬਲਾ ਹੈ ਜੋ ਆਪ ਦੇਖ ਰਹੇ ਦੋ ਨੰਬਰ 556 ਜਿਹਨੇ ਵੀ ਘੋੜਾ ਪ੍ਰੇਮੀ ਇਸ ਸ਼ੋਅ ਨੂੰ ਦੇਖਣ ਆਇਆ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦੇ ਹਾਂ। ਤੁਹਾਡਾ ਪਿਆਰ ਹੈ ਇਹ ਘੋੜਿਆਂ ਪ੍ਰਤੀ ਇਹਨਾਂ ਘੋੜਿਆਂ ਕਰਕੇ ਬਹੁਤ ਹੀ ਖੂਬਸੂਰਤ ਪਿਆਰੇ ਘੋੜੇ ਨੋਕਰਾ ਪ੍ਰੀਤ ਦੇ ਨੋਕਰੇ ਘੋੜਿਆਂ ਦਾ ਚੱਲਦਾ ਹੋਇਆ ਰਿੰਗ ਦੂਜੇ ਰਾਊਂਡ ਦੀ ਜੰਜਿੰਗ ਉਹ ਸਟਾਰਟ ਹੋ ਰਹੀ ਹੈ ਚੱਲ ਰਹੀ ਆ। ਥੋੜ੍ਹੇ ਸਮੇਂ ਤੱਕ ਤੁਹਾਨੂੰ ਘੋੜੇ ਦੀਆਂ ਫੀਸ਼ਾਂ ਥੋੜ੍ਹੀ ਦੂਰੀ ਬਣਾ ਕੇ ਰੱਖੋ ਜੀ ਘੋੜਿਆਂ ਦੀ। ਬਾਈ ਬੁਲਾਇਆ ਹੈ ਵਾਈਟ ਕੋਬਰਾ ਕੋ ਸਖਤੀ ਕੋ ਔਰ ਇੱਕ ਘੋੜਾ ਹੋਰ ਹੈ ਬਾਈ ਤਿੰਨੋਂ ਘੋੜੋ ਕੋ ਸੈਕਿੰਡ ਰਾਊਂਡ ਪਹਿਲੇ ਆਪਨੇ ਦੇਖਾ ਤਾਂ ਕਿ ਜੋ ਘੋੜੇ ਬੁਲਾਏ ਥੇ ਅਭੀ ਇਨਕੋ ਬੁਲਾਇਆ ਗਿਆ ਹੈ ਬਾਈ। ਨੁਕਰੇ ਘੋੜਿਆਂ ਦਾ ਚੱਲਦਾ ਹੋਇਆ ਰਿੰਗ ਬਹੁਤ ਹੀ ਖੂਬਸੂਰਤ ਨਜ਼ਾਰਾ ਇਸ ਰਿੰਗ ਦੇ ਵਿੱਚ ਤੁਸੀਂ ਤੱਕ ਰਹੇ ਹੋ। ਦੂਰੋਂ ਨੇੜਿਓਂ ਜਿੰਨੇ ਵੀ ਘੋੜਾ ਪ੍ਰੇਮੀ ਸ਼ੋਅ ਲਈ ਦੇਖ ਸ਼ੋਅ ਨੂੰ ਦੇਖਣ ਆਇਆ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦੇ ਹਾਂ। ਸੋ ਬਹੁਤ ਹੀ ਪਿਆਰੇ ਖੂਬਸੂਰਤ ਨੁਕਰ ਘੋੜੇ ਜਿਸ ਤਰ੍ਹਾਂ ਜੱਜ ਸਾਹਿਬਾਨ ਤੁਹਾਨੂੰ ਕਹਿੰਦੇ ਆ ਜੀ ਹੈਂਡਲਰਾਂ ਨੂੰ ਪਲੀਜ਼ ਆਪਣੇ ਘੋੜੇ ਨੂੰ ਮੈਂਟੇਨ ਕਰਕੇ ਰੱਖਿਆ ਕਰੋ ਟਿਕਾ ਕੇ ਰੱਖੋ ਤੁਹਾਡੇ ਘੋੜੇ ਦੀ ਹੈਂਡਲਿੰਗ ਬਹੁਤ ਵੱਡਾ ਰੋਲ ਪਲੇ ਕਰਦੀ ਆ।
ਬਹੁਤ ਹੀ ਬਰੀਕੀ ਨਾਲ ਜੱਜਮੈਂਟ ਹੋ ਰਹੀ ਹੈ ਇਹਨਾਂ ਨੁਕਰੇ ਘੋੜਿਆਂ ਦੀ। ਦੇਖੋ ਅੱਜ ਕਿਹੜੇ ਘੋੜੇ ਨੇ ਬਾਜੀ ਮਾਰਨੀ ਆ, ਬਹੁਤ ਹੀ ਸੋਹਣੇ ਖੂਬਸੂਰਤ ਘੋੜੇ ਇਸ ਰਿੰਗ ਦਾ ਸ਼ਿਕਾਰ ਬਣੇ ਹੋਏ ਨੇ। ਬਹੁਤ ਹੀ ਖੂਬਸੂਰਤ ਕੁੰਡੀਦਾਰ ਕੰਨ, ਲੰਬੀਆਂ ਗਰਦਨਾਂ ਮੋਰ ਵਰਗੀਆਂ, ਚੱਕਵੇਂ ਪੁੱਠੇ, ਚੌੜੀਆਂ ਛਾਤੀਆਂ, ਮਜ਼ਬੂਤ ਅਤੇ ਭਾਰੀ ਸੁੰਭ ਤੁਹਾਡੇ ਸਾਹਮਣੇ ਹੈ ਜੀ। ਬਾਈ ਸੱਤੇ ਵਰਸੇ ਬਾਈਟ ਕੋਬਰਾ, ਬਹੁਤ ਹੀ ਪਿਆਰੇ ਤੇ ਖੂਬਸੂਰਤ ਘੋੜੇ। ਸੈਕਿੰਡ ਰਾਉਂਡ ਦਾ ਮੁਕਾਬਲਾ ਹੈ, ਜੱਜ ਕਰ ਰਹੇ ਨੇ ਸਾਡੇ ਜੱਜ ਸਾਹਿਬ। ਐਮਪੀਆਰ ਹਾਰਸ ਕੱਪ 2024 ਸਾਹਿਬ ਦੇਖ ਰਹੇ ਹਾਂ। ਸੁਖਜਿੰਦਰ ਸਿੰਘ ਜੀ ਸਿੱਧੂ, ਹਰਵਿੰਦਰ ਸਿੰਘ ਜੀ ਸ਼ਾਹਪੁਰ, ਬਿਰਯੋਜ ਸਿੰਘ ਸੇਖੋਂ, ਯਾਦਵਿੰਦਰ ਸਿੰਘ ਗਰੇਵਾਲ। ਅਮਨਦੀਪ ਸਿੰਘ ਜੀ ਮਹਿਰਨਾ ਕਲਾਂ ਤੋਂ, ਅਸੀਂ ਪਿਆਰ ਨਾਲ ਭੋਲੂ ਬਾਬਾ ਜੀ ਕਹਿ ਦਿੰਦੇ ਹਾਂ ਜੀ, ਆਇਆਂ ਕਰਦਾ ਜੀ, ਮੋਸਟ ਵੈਲਕਮ ਜੀ। ਬਹੁਤ ਹੀ ਖੂਬਸੂਰਤ ਪਲ, ਨੁਗਰੇ ਘੋੜਿਆਂ ਦਾ ਚੱਲਦਾ ਹੋਇਆ ਰਿੰਗ। ਹੈਲੋ, ਇੱਕ ਸਾਡੇ ਵਿਚਕਾਰ ਸਾਡੇ ਪੰਜਾਬ ਦੀ ਸ਼ਾਨ, ਨੁਗਰਾ ਬਰੀਡ ਦੇ ਜਿੰਨੇ ਵੀ ਘੋੜੇ ਇਸ ਕੰਪੀਟੀਸ਼ਨ ਨੂੰ ਖੇਡਣ ਲਈ ਆਏ ਆ, ਭਈਆ ਵੀ ਹੀਰਾ ਔਰ ਰੁਸਤਮ ਕੋ ਬੁਲਾਇਆ ਗਿਆ, ਹੀਰਾ ਰੁਸਤਮ ਤੁਹਾਡੇ ਸਾਹਮਣੇ, ਔਰ ਇਧਰ ਹੈ ਸ਼ਕਤੀ ਭਈ, ਇੱਕ ਸਿੱਖ ਦਾ ਕੇਂਦਰ ਬਣੇ ਹੋਏ ਆ ਨੁਗਰੇ ਘੋੜੇ ਦੇ, ਕੋਈ ਵਿਨਰ ਬਣੇਗਾ ਜਿਨ੍ਹਾਂ ਨੇ ਕਿ ਸਾਡੀ ਨੁਕਰਾ ਬਰੀਡ ਦੇ ਵਿੱਚ ਸੁਧਾਰ ਕਰਨਾ। ਕੌਣ ਫਸਟ ਆਏਗਾ, ਕੋਈ ਸੈਕਿੰਡ, ਕੌਣ ਥਰਡ, ਜਿਵੇਂ ਪਹਿਲਾਂ ਵੀ ਦੱਸਿਆ ਵੀ ਇਹਨਾਂ ਰਿੰਗਾਂ ਦੇ ਵਿੱਚੋਂ ਬਹੁਤ ਸੋਹਣੇ ਸੋਹਣੇ ਜਾਨਵਰ ਆ ਜਿਹੜੇ ਅੱਗੇ ਨਿਖਰ ਕੇ ਆਉਂਦੇ ਆ, ਜਿਨ੍ਹਾਂ ਤੋਂ ਆਪਣੀ ਬਰੀਡ ਆ ਜਿਹੜੀ ਅੱਗੇ ਰਿਫਾਈਨ ਹੁੰਦੀ ਆ। ਸਾਡੇ ਡਾਕਟਰ ਸਾਹਿਬ ਦੁਬਾਰਾ ਆਏ ਨੇ ਜੀ, ਆਉਂਦਾ ਆਉਂਦਾ ਅੱਖੋਂ ਓਲੇ ਹੋ ਗਿਆ, ਮੈਂ ਦੂਰ ਤੋਂ ਪਛਾਣਦੀਆਂ ਤੋਰਾਂ, ਸੋ ਤੋਰ ਨਾਲ ਹੀ ਪਛਾਣੇ ਜਾਂਦੇ ਆ ਬੰਦੇ ਤੇ ਘੋੜੇ। ਵਾਹ ਜੀ ਵਾਹ, ਬਹੁਤ ਸੋਹਣੀ ਸ਼ੂਟਿੰਗ ਹੋਈ ਆ, ਐਪਰੀਸ਼ੀਏਟ ਕਰਦੇ ਨੇ ਦਰਸ਼ਕ, ਐਪਰੀਸ਼ੀਏਸ਼ਨ ਹੋਈ ਆ ਰਾਜਰ, ਮੈਨੂੰ ਯਾਦ ਆ। ਸੋ ਇੱਕ ਰਿਕੁਐਸਟ ਹੈ ਜੀ, ਕਿਉਂਕਿ ਘੋੜਾ ਪਾਲਕਾਂ ਦਾ ਵੀ ਜੋ ਮਨੋਬਲ ਵੱਧਦਾ, ਤਾੜੀਆਂ ਮਾਰ ਕੇ ਹੌਸਲਾ ਫਜਾਈ ਜ਼ਰੂਰ ਕਰਿਆ ਕਰੋ, ਕਿਉਂਕਿ ਇਹ ਇੱਕ ਦੋ ਦਿਨ ਦੀ ਮਿਹਨਤ ਨਹੀਂ, ਸਾਲਾਂ ਬੱਧੀ ਮਿਹਨਤਾਂ ਨੇ ਇਹਨਾਂ ਘੋੜਿਆਂ ਨੂੰ ਤਿਆਰ ਕਰਕੇ ਇਹਨਾਂ ਰਿੰਗਾਂ ਦਾ ਸ਼ਿੰਗਾਰ ਬਣਾਉਣਾ। ਵਾਹ ਜੀ ਵਾਹ, ਕਿਉਂਕਿ ਜਿਹੜਾ ਇਹ ਆਨੰਦ ਆ ਜੀ, ਇਹ ਕਦੇ ਕਦੇ ਦੇਖਣ ਨੂੰ ਮਿਲਦਾ, ਇਹ ਕੁਦਰਤ ਦੀਆਂ ਬਣਾਈਆਂ ਹੋਈਆਂ ਖੂਬਸੂਰਤ ਚੀਜ਼ਾਂ, ਨੁਕਰੇ ਘੋੜੇ ਅੱਜ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਨੇ ਜੀ। ਤਾੜੀਆਂ ਮਾਰ ਕੇ ਹੌਸਲਾ ਅਫਜਾਈ ਕਰਿਆ ਕਰੋ, ਜੇ ਰਿੰਗ ਦਾ ਸਵਾਲ ਆ ਰਿਹਾ ਤਾੜੀਆਂ ਬਣਾ ਦੋ, ਮਾਹੌਲ ਜਿਹੜਾ ਪੂਰਾ ਗਰਮ ਕਰ ਦੋ। ਵਾਹ
ਮੈਂ ਦੇਖ ਰਿਹਾ ਕਿ ਇੱਕ ਘੋੜੇ ਦੇ ਨਾਲ ਘੋੜਿਆਂ ਨੇ ਵੀ ਛਾਲਾਂ ਚੱਕ ਕੇ ਸੁੰਬਾਂ ਨਾਲ ਤਾੜੀਆਂ ਵਜਾਤੀਆਂ ਬਈ। ਜਿਹੜੇ ਦਰਸ਼ਕਾਂ ਨੇ ਤਾੜੀਆਂ ਇਹਨਾਂ ਲਈ ਮਾਰੀਆਂ ਨੇ ਤਾਂ ਇਹਨਾਂ ਨੇ ਦਰਸ਼ਕਾਂ ਲਈ ਵੀ ਤਾੜੀਆਂ ਮਾਰਦੀਆਂ। ਬਹੁਤ ਵਧੀਆ ਚੱਲਦਾ ਹੋਇਆ ਨੁਕਰੇ ਘੋੜਿਆਂ ਦਾ ਰਿੰਗ, ਬਹੁਤ ਹੀ ਖੂਬਸੂਰਤ ਪਲ ਸਾਡੇ ਜੱਜ ਸਾਹਿਬਾਨ ਬਹੁਤ ਹੀ ਬਰੀਕੀ ਨਾਲ ਘੋੜਿਆਂ ਦੀ ਜਜਿੰਗ ਕਰ ਰਹੇ ਆ। ਜਿਹੜਾ ਬੰਦਾ ਇੱਕ ਵਾਰੀ ਲਾਹਦਾ ਉਹ ਵਾਸ਼ਰੂਮ ਦੇ ਵਿੱਚ ਵੀ ਗਾਉਣਾ ਹਟ ਜਾਂਦਾ ਸੀ, ਤੇ ਪਰ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਬੁਲੰਦੀਆਂ ਨੂੰ ਛੋ ਜਾਂਦਾ ਸੀ। ਸੋ ਮੇਰੇ ਦੋਸਤ ਜਸਵਿੰਦਰ ਭੱਲਾ ਜੀ, ਬਾਲ ਮੁਕੰਦ ਜੀ।